ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਦੇਖੋ ਜੀ, ਸ਼ੀਸ਼ਾ, ਉਸਦੇ ਵਿੱਚ ਇੰਨੀ ਜ਼ਬਰਦਸਤ ਸ਼ਕਤੀ ਹੈ ਕਿ ਉਹ ਹਰ ਇੱਕ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦਾ ਹੈ। ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਤੁਸੀਂ ਬਾਜ਼ਾਰ ਤੋਂ ਕੁਝ ਖਰੀਦਣ ਜਾਂਦੇ ਹੋ ਅਤੇ ਸ਼ੀਸ਼ੇ ਨਾਲ ਬਣੀਆਂ ਹੋਈਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਹਨ ਉਹ ਤੁਹਾਨੂੰ ਖਾਸ ਤੌਰ 'ਤੇ ਆਕਰਸ਼ਿਤ ਕਰ ਲੈਂਦੀਆਂ ਹਨ। ਸਾਡਾ ਧਿਆਨ ਉਹਨਾਂ ਚੀਜ਼ਾਂ 'ਤੇ ਹੀ ਜਾਂਦਾ ਹੈ ਅਤੇ ਅਸੀਂ ਉਹ ਖਰੀਦ ਕੇ ਲੈ ਕੇ ਆ ਜਾਂਦੇ ਹਾਂ ਕਿਉਂਕਿ ਉਹ ਸਾਨੂੰ ਬਹੁਤ ਵਧੀਆ ਲੱਗਦੀਆਂ। ਇਸ ਕਰਕੇ ਸ਼ੀਸ਼ਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਆਕਰਸ਼ਿਤ ਕਰਦਾ ਹੈ, ਹਰ ਇੱਕ ਨੂੰ ਆਕਰਸ਼ਿਤ ਕਰਨ ਦੀ ਸ਼ਕਤੀ ਰੱਖਦਾ ਹੈ ਅਤੇ ਸਾਨੂੰ ਵੀ ਉਸਦਾ ਪਤਾ ਨਹੀਂ ਚੱਲਦਾ ਅਤੇ ਅਸੀਂ ਉਹ ਚੀਜ਼ਾਂ ਖਰੀਦ ਕੇ ਲਿਆਉਂਦੇ ਹਾਂ। ਇਸ ਦੇ ਨਾਲ ਨਾਲ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਰਾਤ ਨੂੰ ਸਾਨੂੰ ਕਦੀ ਵੀ, ਦੇਖੋ ਸ਼ੀਸ਼ੇ ਦੇ ਅੱਗੇ ਤੁਸੀਂ ਬੈਠੇ ਹੋ, ਕਈ ਲੇਡੀਜ਼ ਲੋਕਾਂ ਦੀਆਂ ਆਦਤ ਹੁੰਦੀ ਹੈ ਕਿ ਸ਼ੀਸ਼ੇ ਨੂੰ ਦੇਖ ਕੇ ਰਾਤ ਨੂੰ ਆਪਣੇ ਵਾਲ ਸਵਾਰਦੀਆਂ ਰਹਿੰਦੀਆਂ ਸਵਾਰਦੀਆਂ ਰਹਿੰਦੀਆਂ। ਤੁਸੀਂ ਨੋਟਿਸ ਕਰ ਲੈਣਾ, ਤੁਸੀਂ ਇਕੱਲੇ ਹੋ ਔਰ ਤੁਸੀਂ ਸ਼ੀਸ਼ੇ ਨੂੰ ਦੇਖ ਕੇ ਆਪਣੇ ਵਾਲ ਸਵਾਰਦੇ ਜਾ ਰਹੇ ਹੋ, ਥੋੜ੍ਹੀ ਦੇਰ ਬਾਅਦ ਤੁਹਾਨੂੰ ਆਪਣੀ ਸ਼ਕਲ ਹੀ ਥੋੜ੍ਹੀ ਜਿਹੀ ਡਰਾਵਣੀ ਲੱਗਣ ਲੱਗ ਜਾਏਗੀ, ਭਿਆਨਕ ਲੱਗਣ ਲੱਗ ਜਾਂਦੀ ਹੈ। ਕਿਉਂਕਿ ਸ਼ੀਸ਼ਾ ਜੋ ਹੈ ਨਾ, ਉਹ ਆਪਣੇ ਅੰਦਰ ਜਿਹੜੀ ਇਹ ਆਤਮਾ ਵੀ ਜਿਹੜੀ ਹੁੰਦੀ ਹੈ ਉਸਨੂੰ ਵੀ ਬੜੀ ਜਲਦੀ ਆਪਣੇ ਵੱਲ ਖਿੱਚ ਲੈਂਦਾ ਹੈ ਅਤੇ ਇਸ ਕਰਕੇ ਸਾਨੂੰ ਰਾਤ ਨੂੰ ਬਹੁਤ ਦੇਰ ਤੱਕ ਸ਼ੀਸ਼ਾ ਨਹੀਂ ਦੇਖਣਾ ਚਾਹੀਦਾ। ਇਸ ਦੇ ਨਾਲ ਘਰ ਵਿੱਚ ਬਹੁਤ ਜ਼ਿਆਦਾ ਨੈਗਟਿਵਿਟੀ ਆਉਂਦੀ ਹੈ, ਨਾਲ ਦੇ ਨਾਲ ਸਾਨੂੰ ਆਪਣੇ ਘਰ ਦੇ ਬੈੱਡਰੂਮ ਵਿੱਚ ਸ਼ੀਸ਼ਾ ਕਦੀ ਨਹੀਂ ਲਗਾਉਣਾ ਚਾਹੀਦਾ। ਜੇਕਰ ਬੈੱਡਰੂਮ ਵਿੱਚ ਸ਼ੀਸ਼ਾ ਲੱਗਿਆ ਹੋਇਆ ਹੈ ਤਾਂ ਤੁਸੀਂ ਨੋਟਿਸ ਕਰ ਲੈਣਾ ਕਿ ਉਸ ਘਰ ਵਿੱਚ ਪਤੀ ਪਤਨੀ ਵਿੱਚ ਕਲਾ ਕਲੇਸ਼ ਹੁੰਦਾ ਹੀ ਰਹਿੰਦਾ ਹੈ। ਅਤੇ ਜਿਹੜੀਆਂ ਔਰਤਾਂ ਸਵੇਰੇ ਉੱਠਦਿਆਂ ਸਾਰ, ਕਈ ਲੋਕਾਂ ਦੀ ਆਦਤ ਹੁੰਦੀ ਹੈ, ਖਾਲੀ ਲੇਡੀਜ਼ ਹੀ ਨਹੀਂ, ਉੱਠਦਿਆਂ ਸਾਰ ਪਹਿਲੇ ਸ਼ੀਸ਼ਾ ਦੇਖਣਗੇ ਕਿ ਮੂੰਹ ਕਿਵੇਂ ਲੱਗ ਰਿਹਾ ਹੈ, ਚੰਗਾ ਲੱਗ ਰਿਹਾ, ਨਹੀਂ ਲੱਗ ਰਿਹਾ, ਜੋ ਵੀ ਦੇਖਣਗੇ ਸ਼ੀਸ਼ਾ। ਤੁਸੀਂ ਇਹ ਵੀ ਨੋਟਿਸ ਕਰਕੇ ਰੱਖ ਲੈਣਾ ਕਿ ਉਸ ਘਰ ਵਿੱਚ ਕਲਾ ਕਲੇਸ਼ ਬਹੁਤ ਹੁੰਦੇ ਹਨ। ਇਹ ਚੀਜ਼ਾਂ ਮੈਂ ਤੁਹਾਨੂੰ, ਖਾਲੀ ਤੁਸੀਂ ਕਹੋਗੇ ਕਿ ਸ਼ੀਸ਼ੇ ਬਾਰੇ ਗੱਲਾਂ ਦੱਸ ਰਹੀ ਹੈ, ਮੈਂ ਸ਼ੀਸ਼ੇ ਬਾਰੇ ਗੱਲਾਂ ਨਹੀਂ ਦੱਸ ਰਹੀ, ਮੈਂ ਤੁਹਾਨੂੰ ਸ਼ੀਸ਼ੇ ਦਾ ਇੱਕ ਉਪਾਅ ਵੀ ਦੱਸਣ ਵਾਲੀ ਹਾਂ ਅੱਗੇ ਜਾ ਕੇ। ਬਸ ਇਹ ਗੱਲਾਂ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਦੀ ਹਾਂ ਕਿ ਜੋ ਤੁਸੀਂ ਕਰੋ ਤਾਂ ਅੱਛਾ ਹੈ, ਨਾ ਕਰੋ ਤਾਂ ਨਹੀਂ ਕਰਨੀਆਂ ਚਾਹੀਦੀਆਂ, ਜਿਸ ਦੇ ਨਾਲ ਸਾਡੇ ਉੱਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਹਨਾਂ ਗੱਲਾਂ ਦੀ ਵੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਜੀ। ਅਤੇ ਹੁਣ ਸ਼ੀਸ਼ੇ ਦਾ ਉਪਾਅ ਦੱਸਾਂ, ਉਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਿਹੜੇ ਲੋਕ ਮੇਰੇ ਚੈਨਲ 'ਤੇ ਨਵੇਂ ਆਏ ਹਨ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ, ਸਬਸਕ੍ਰਿਪਸ਼ਨ ਇੱਕਦਮ ਫ੍ਰੀ ਹੈ। ਅਤੇ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਵੀ ਬਣਦਾ ਹੈ, ਸ਼ੇਅਰ ਕਰੋ ਅਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਪਰ ਜ਼ਰੂਰ ਦਿਓ ਜੀ। ਸੋ ਤੁਹਾਨੂੰ ਮੈਂ ਦੱਸ ਰਹੀ ਸੀ ਕਿ ਸ਼ੀਸ਼ੇ ਨੂੰ ਉੱਠ ਕੇ ਉੱਠਦਿਆਂ ਸਾਰ ਆਪਣੀ ਸ਼ਕਲ ਨਹੀਂ ਦੇਖਣੀ ਚਾਹੀਦੀ। ਮੈਂ ਆਪਣੀ ਚੈਨਲ 'ਤੇ ਕਈ ਸਾਰੀਆਂ ਵੀਡੀਓਜ਼ ਬਣਾਈਆਂ, ਉਹਦੇ ਵਿੱਚ ਦੱਸਿਆ ਹੈ ਕਿ ਸਭ ਤੋਂ ਪਹਿਲੇ ਉੱਠਦਿਆਂ ਸਾਰ ਆਪਣੀ ਹਥੇਲੀ ਨੂੰ ਦੇਖੋ, ਹਥੇਲੀ 'ਚ ਇਸ ਤਰ੍ਹਾਂ ਅਫਰਮੇਸ਼ਨ ਕਰੋ ਕਿ ਬਾਬਾ ਜੀ ਤੁਹਾਡੇ, ਪਰਮਾਤਮਾ ਤੁਹਾਡੇ ਹਥੇਲੀ ਵਿੱਚ ਹੈਗੇ ਹੈ ਅਤੇ ਉਸ ਨੂੰ ਇਸ ਤਰ੍ਹਾਂ ਆਪਣੇ ਸਿਰ 'ਤੇ, ਉਹੀ ਹਥੇਲੀਆਂ ਨੂੰ ਆਪਣੇ ਸਿਰ 'ਤੇ ਜਿਸ ਤਰ੍ਹਾਂ ਆਸ਼ੀਰਵਾਦ ਦਿੰਦੇ ਹਨ ਉਸ ਤਰ੍ਹਾਂ ਕਰ, ਠੀਕ ਹੈ। ਅਤੇ ਦੇਖੋ ਜੋ ਆਪਾਂ ਸੋਚਦੇ ਹਾਂ ਨਾ ਉਹ ਹੀ ਹੁੰਦਾ ਹੈ। ਹੁਣ ਜਿਹੜਾ ਮੈਂ ਤੁਹਾਨੂੰ ਉਪਾਅ ਦੱਸਣ ਜਾ ਰਹੀ ਹਾਂ ਉਹ ਇਸ ਦੇ ਨਾਲ ਹੀ ਸੰਬੰਧਿਤ ਹੈ। ਜਿਸ ਤਰ੍ਹਾਂ ਆਪਾਂ ਸੋਚਾਂਗੇ ਉਹ ਹੀ ਹੋਏਗਾ, ਕੁਛ ਸੱਤ ਕੁਛ ਅਸੱਤਿਆ ਕੁਛ ਨਹੀਂ ਹੈ, ਜੋ ਕੁਛ ਮਤਲਬ ਕਹਿੰਦਾ ਕਿ ਇਹ ਸੱਚ ਜਾਂ ਝੂਠ ਕੁਛ ਨਹੀਂ, ਜੋ ਆਪਾਂ ਮੰਨ ਲਿਆ ਉਹ ਹੀ ਸੱਚ ਹੈ, ਠੀਕ ਹੈ। ਹੁਣ ਜਿਸ ਤਰ੍ਹਾਂ ਸਮਝ ਲਓ, ਜਿੱਥੇ ਹੁਣ ਅੱਜ ਦਾ ਉਪਾਅ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ, ਇਹ ਜੋ ਮੈਂ ਦੱਸਿਆ ਹੈ ਇਹ ਉਪਾਅ ਦੇ ਨਾਲ ਹੀ ਜੁੜਿਆ ਹੋਇਆ ਹੈ, ਮੈਂ ਤੁਹਾਨੂੰ ਅੱਗੇ ਜਾ ਕੇ ਦੱਸਾਂ।
ਸ਼ੀਸ਼ਾ ਲੈਣਾ ਹੈ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਹੈ, ਸ਼ੀਸ਼ੇ ਦੇ ਵਿੱਚ ਆਕਰਸ਼ਣ ਆਪਣੇ ਵੱਲ ਸਭ ਚੀਜ਼ਾਂ ਨੂੰ ਖਿੱਚਣ ਦੀ ਆਕਰਸ਼ਣ ਸ਼ਕਤੀ ਹੁੰਦੀ ਹੈ। ਇਸ ਕਰਕੇ ਤੁਹਾਡੀ ਜਿੱਥੇ ਤਿਜੋਰੀ ਹੈ, ਜਿੱਥੇ ਤੁਸੀਂ ਪੈਸਾ ਰੱਖਿਆ ਹੋਇਆ ਹੈ, ਤੁਸੀਂ ਇੱਕ ਛੋਟਾ ਜਿਹਾ ਸ਼ੀਸ਼ਾ ਖਰੀਦ ਕੇ ਲਿਆਓ। ਉਸ ਤਿਜੋਰੀ ਦੇ ਅੰਦਰ, ਜਾਂ ਤਿਜੋਰੀ ਨਹੀਂ ਹੈ, ਜਿੱਥੇ ਤੁਸੀਂ ਆਪਣਾ ਪੈਸਾ ਤਾਂ ਸੇਵਿੰਗ ਵਾਲਾ ਕਿਤੇ ਨਾ ਕਿਤੇ ਰੱਖਦੇ ਹੋਵੋਗੇ ਨਾ, ਜਾਂ ਪਰਸ ਵੀ ਰੱਖਦੇ ਹੋ, ਠੀਕ ਹੈ, ਉਹ ਜਿੱਥੇ ਰੱਖਦੇ ਹੋ ਉੱਥੇ ਇੱਕ ਸ਼ੀਸ਼ਾ ਲੈ ਕੇ ਆਓ ਅਤੇ ਸ਼ੀਸ਼ੇ ਨੂੰ ਉੱਥੇ ਇਸ ਤਰ੍ਹਾਂ ਸੈੱਟ ਕਰੋ ਕਿ ਉਹ ਜਿਹੜਾ ਤੁਹਾਡਾ ਪੈਸਾ ਹੈ, ਤਿਜੋਰੀ ਵਿੱਚ ਤੁਹਾਡਾ ਪੈਸਾ ਜਿਹੜਾ ਪਿਆ ਹੈ, ਉਹ ਸ਼ੀਸ਼ੇ ਵਿੱਚ ਵੀ ਨਜ਼ਰ ਆਵੇ ਅਤੇ ਜਿਹੜਾ ਅਸਲੀ ਪੈਸਾ ਪਿਆ ਉਹ ਵੀ ਨਜ਼ਰ ਆਏ। ਕਹਿਣ ਦਾ ਭਾਵ ਕਿ ਪੈਸਾ ਡਬਲ ਨਜ਼ਰ ਆਵੇ। ਐਗਜ਼ਾਮਪਲ ਦੇ ਤੌਰ 'ਤੇ ਜੇ ਤੁਹਾਡੇ ਤਿਜੋਰੀ ਵਿੱਚ 5 ਲੱਖ ਰੁਪਇਆ ਪਿਆ ਹੈ ਅਤੇ ਸ਼ੀਸ਼ਾ ਇਸ ਤਰ੍ਹਾਂ ਸੈੱਟ ਕਰਕੇ ਲਗਾਓ ਕਿ 5 ਲੱਖ ਸ਼ੀਸ਼ੇ ਵਿੱਚ ਨਜ਼ਰ ਆਏ, 5 ਲੱਖ ਤੁਹਾਡਾ ਅਸਲ 'ਚ ਪੈਸਾ ਪਿਆ ਅਤੇ ਉਹ 10 ਲੱਖ ਨਜ਼ਰ ਆਏ। ਅਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਕਿ ਜੋ ਆਪਾਂ ਸੋਚਦੇ ਹਾਂ ਉਹੀ ਹੁੰਦਾ ਹੈ। ਆਪਾਂ ਰੋਜ਼ ਆਪਣੀ ਤਿਜੋਰੀ ਖੋਲ੍ਹਾਂਗੇ, ਆਪਾਂ ਦੇਖਾਂਗੇ ਸਾਨੂੰ ਡਬਲ ਪੈਸਾ ਨਜ਼ਰ ਆ ਰਿਹਾ ਹੈ, ਤਾਂ ਸਾਡੇ ਦਿਮਾਗ ਵਿੱਚ ਕੀ ਆਏਗਾ, ਮੇਰੇ ਕੋਲ ਡਬਲ ਪੈਸਾ ਆ ਗਿਆ ਹੈ। ਡਬਲ ਪੈਸਾ ਆਏਗਾ ਅਤੇ ਆਪਣੇ ਆਪ ਹੀ ਪਰਮਾਤਮਾ ਰੱਬ ਸਾਡਾ ਪੈਸਾ ਡਬਲ ਕਰ ਦੇਗਾ। ਦੂਜੀ ਗੱਲ, ਸ਼ੀਸ਼ਾ ਆਪਣੇ ਵੱਲ ਹਰ ਚੀਜ਼ ਨੂੰ ਆਕਰਸ਼ਿਤ ਕਰਦਾ ਹੈ ਅਤੇ ਉਹ ਪੈਸੇ ਜੋ ਉਸਦੇ ਅੱਗੇ ਪੈਸੇ ਪਏ ਹਨ ਉਸਨੂੰ ਆਪਣੇ ਵੱਲ ਖਿੱਚਦਾ, ਉਹ ਖਿੱਚੇਗਾ ਆਪਣੇ ਵੱਲ ਪੈਸੇ ਅਤੇ ਉਹ ਡਬਲ ਕਰ ਦੇਗਾ ਪੈਸੇ ਤੁਹਾਡੇ। ਪੈਸਿਆਂ ਦਾ ਆਕਰਸ਼ਣ ਉਸਦੇ ਵੱਲ ਆਏਗਾ ਅਤੇ ਉਹ ਪੈਸੇ ਤੁਹਾਡੇ ਡਬਲ ਹੋ ਜਾਣਗੇ। ਕਹਿਣ ਦਾ ਭਾਵ ਤਿਜੋਰੀ ਦੇ ਜਿੰਨੇ ਪੈਸੇ ਹਨ ਉਹ ਡਬਲ ਹੋ ਜਾਣਗੇ। ਬਸ ਕਰਨਾ ਕੀ ਹੈ, ਇੱਕ ਸ਼ੀਸ਼ਾ ਲੈਣਾ ਹੈ, ਉਸ ਨੂੰ ਇਸ ਜਗ੍ਹਾ 'ਤੇ ਲਗਾ ਦੇਣਾ ਹੈ ਜਿੱਥੇ ਤੁਸੀਂ ਪੈਸੇ ਰੱਖਦੇ ਹੋ ਅਤੇ ਦੇਖਣਾ ਪੈਸੇ ਤੁਹਾਡੇ ਡਬਲ, ਡਬਲ ਤੋਂ ਟ੍ਰਿਪਲ, ਟ੍ਰਿਪਲ ਤੋਂ ਫਿਰ 4, ਮਤਲਬ 4 ਗੁਣਾ, 5 ਗੁਣਾ, 6 ਗੁਣਾ ਇਸ ਤਰ੍ਹਾਂ ਵੱਧਦੇ ਜਾਣਗੇ। ਬੜਾ ਹੀ ਛੋਟਾ ਜਿਹਾ ਸਿੰਪਲ ਜਿਹਾ ਸਰਲ ਉਪਾਅ ਹੈ, ਕਰਕੇ ਦੇਖ ਲਓ। ਇੱਕ ਸ਼ੀਸ਼ਾ ਲੈ ਕੇ ਆਓ, ਜਲਦੀ ਤੋਂ ਮੇਰੀ ਵੀਡੀਓ ਜਦੋਂ ਦੇਖ ਕੇ ਹਟੋਗੇ, ਪਰ ਵੀਡੀਓ ਦੇਖ ਕੇ ਇੱਕਦਮ ਨਾ ਅੱਗੇ ਚਲੇ ਜਾਣਾ, ਪਹਿਲੇ ਮੇਰੀ ਵੀਡੀਓ ਲਾਈਕ ਕਰਨਾ ਅਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ। ਮੇਰੇ ਵਾਸਤੇ ਤੁਹਾਡੇ ਲਾਈਕ ਔਰ ਕਮੈਂਟ ਬਹੁਤ ਜ਼ਿਆਦਾ ਮਾਇਨੇ ਰੱਖਦੇ ਹਨ ਜੀ। ਸੋ ਐਸੀ ਅੱਜ ਦਾ ਮੇਰਾ ਉਪਾਅ ਅਤੇ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ, ਜਲਦੀ ਤੋਂ ਜਲਦੀ ਕਮੈਂਟ ਕਰੋ, ਸ਼ੇਅਰ ਕਰੋ ਮੇਰੀ ਵੀਡੀਓ ਨੂੰ, ਤਾਂ ਕਿ ਦੂਸਰੇ ਲੋਕਾਂ ਦਾ ਵੀ ਭਲਾ ਹੋ ਸਕੇ ਅਤੇ ਤੁਸੀਂ ਵੀ ਘਰ ਬੈਠੇ ਬੈਠੇ ਪੁੰਨ ਕਮਾਓ ਜੀ। ਅਤੇ ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।